ਵਰਲਡ ਕੱਪ ਦੇ ਵਿੱਚ ਅੱਜ ਭਾਰਤ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਕ੍ਰੇਜ਼ ਵੇਖਣ ਵਾਲਾ ਹੈ। ਸਵੇਰ ਤੋਂ ਹੀ ਕ੍ਰਿਕਟ ਪ੍ਰੇਮੀ ਭਾਰਤ ਦੇ ਵਾਸਤੇ ਦੁਆਵਾਂ ਕਰਦੇ ਨਜ਼ਰ ਆ ਰਹੇ ਨੇ। ਇਸੇ ਦੇ ਚੱਲਦੇ ਰੂਪਨਗਰ ਦੇ ਵਿੱਚ ਵੀ ਕੁਝ ਨੌਜਵਾਨਾਂ ਦੇ ਵੱਲੋਂ ਮੰਦਿਰ ਦੇ ਵਿੱਚ ਜਾ ਕੇ ਪੂਜਾ ਅਰਚਨਾ ਕੀਤੀ ਗਈ, ਇਸ ਦੇ ਨਾਲ ਹੀ ਹਵਨ ਵੀ ਕੀਤਾ ਗਿਆ। ਜਿਸ ਦੇ ਰਾਹੀਂ ਉਹਨਾਂ ਨੇ ਦੁਆ ਕੀਤੀ ਕਿ ਭਾਰਤ ਪਾਕਿਸਤਾਨ ਤੋਂ ਵੱਡੀ ਜਿੱਤ ਹਾਸਲ ਕਰੇ। ਅਸੀਂ ਇਸ ਮੈਚ ਬਾਰੇ ਕਹਿਣਾ ਚਾਹੁੰਦੇ ਵੀ ਇੰਡੀਆ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਮੈਚ 'ਚ ਧੋ ਡਾਲਿਆ, ਠੀਕ ਹੈ, ਔਰ ਇੰਡੀਆ ਪਾਕਿਸਤਾਨ ਨੂੰ ਇਸ ਤਰ੍ਹਾਂ ਹਰਾਵਾ ਕਿ ਉਹ ਕ੍ਰਿਕਟ 'ਤੇ ਸੰਨਿਆਸ ਲੈ ਲੈਣ ਸਾਰੇ ਪਲੇਅਰ। ਅੱਜ ਇਸ ਕਰਕੇ ਅਸੀਂ ਹਮਨ ਵੀ ਪਾਇਆ, ਮੱਥਾ ਵੀ ਟੇਕਿਆ, ਔਰ ਅਸੀਂ ਮੈਚ ਵੀ ਲੇਟ ਕੀਤਾ ਆਪਣਾ। ਇਸੀ ਕਰਕੇ ਵੀ ਸਾਡਾ ਇਹੀ ਫਾਈਨਲ ਹੈ ਵੀ ਇੰਡੀਆ ਮੈਚ ਜਿੱਤਿਆ। ਇੰਗਲੈਂਡ 'ਚ ਅੱਜ ਇੰਡੀਆ ਪਾਕਿਸਤਾਨ ਦਾ ਮੈਚ ਹੈ, ਅਸੀਂ ਇਹ ਸਾਰੇ ਦੁਆ ਕਰਦੇ ਹੈ, ਇਸੀ ਕਰਕੇ ਅਸੀਂ ਮੱਥਾ ਟੇਕਿਆ ਕਿ ਅੱਜ ਇੰਡੀਆ ਜੋ ਪਾਕਿਸਤਾਨ ਨੂੰ ਹਰਾਵਾ ਔਰ ਵਰਲਡ ਕੱਪ ਇੰਡੀਆ ਜਿੱਤਾ ਨਾ ਜਿੱਤਾ, ਲੇਕਿਨ ਜੋ ਪਾਕਿਸਤਾਨ ਨੂੰ ਮੈਚ ਹਰਾਉਣਾ ਅੱਜ ਬਹੁਤ ਜ਼ਰੂਰੀ ਹੈ, ਔਰ ਇਸ ਕਰਕੇ ਅਸੀਂ ਅੱਜ ਹਵਨ ਵੀ ਪਵਾਇਆ, ਮੱਥਾ ਵੀ ਟੇਕਿਆ ਸਾਰੀ ਟੀਮ ਨੇ। ਇਹੀ ਸਾਡਾ ਵਰਲਡ ਕੱਪ, ਅਗਰ ਅੱਜ ਪਾਕਿਸਤਾਨ ਬੁਰੀ ਤਰ੍ਹਾਂ ਹਾਰਦਾ ਜਿਹਦੇ ਨਾਲ ਕਿ ਪਾਕਿਸਤਾਨ ਪੂਰਾ ਹਿਲ ਜਾਏ। ਦੱਸ ਦਈਏ ਅੱਜ ਮੈਨਚੈਸਟਰ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਕਰੀਬ 3 ਵਜੇ ਮੈਚ ਸ਼ੁਰੂ ਹੋਏਗਾ, ਜਿਸ ਦੇ ਉੱਤੇ ਦੋਹਾਂ ਦੇਸ਼ਾਂ ਦੇ ਨਾਲ ਨਾਲ ਪੂਰੀ ਦੁਨੀਆ ਦੀ ਨਿਗਾਹ ਟਿਕੀ ਹੋਈ ਹੈ। ਹਾਲਾਂਕਿ ਮੌਸਮ ਵਿਭਾਗ ਦੇ ਮੁਤਾਬਕ ਹੋ ਸਕਦਾ ਹੈ ਕਿ ਇਸ ਮਹਾਂ ਮੁਕਾਬਲੇ ਦੇ ਵਿੱਚ ਮੀਂਹ ਕੋਈ ਰੁਕਾਵਟ ਪਾ ਸਕਦਾ ਹੈ, ਪਰ ਸਭ ਤੋਂ ਪਰੇ ਕ੍ਰਿਕਟ ਪ੍ਰੇਮੀਆਂ ਦਾ ਜੋ ਕ੍ਰੇਜ਼ ਹੈ ਉਹ ਵੇਖਣ ਵਾਲਾ ਹੈ। ਸਵੇਰ ਤੋਂ ਹੀ ਭਾਰਤ ਦੇ ਵਾਸਤੇ ਦੁਆਵਾਂ ਦਾ ਦੌਰ ਜਾਰੀ ਹੈ। ਰੂਪਨਗਰ ਤੋਂ ਬਿਮਲ ਸੈਣੀ ਦੀ ਰਿਪੋਰਟ।